हाँ जी, गुड मॉर्निंग, सत श्री अकाल। की हाल है मेरे दोस्तों? लो जी, दिन चढ़ गया ते धुंद पई आ थोड़ी थोड़ी। ते अपने यार दा विआह हैगा गुरप्रीत दा, बाहरों आया कनेडा तो। उन्हें एक बाबा सद्या बठिंडे कोलों, शायद मेहता पेंड आ बठिंडे कोले। ते ओह ग्रामोफोन ते रिकॉर्ड चलाउंदा उत्थे, रात नूं कोठे ते स्पीकर बन्न के दिने वी। तो आप मिलते अज उन्होंने जाके भी बाबे को किदा के रिकॉर्ड है की ग्रामोफोन है, तो थोड़ा मिलाने बहुत छेती। आप जाके गुरप्रीत के घर मिलते हैं छेती। बच्चे जा रहे हैं स्कूल, तो आ साडा निक्का जिहा लगा कार्टून देखना, ऑमलेट डन करके ने जाना स्कूल। तो नैटफलिक्स से लगा वा कार्टून देखने, तो बस इन्होंने आप स्कूल तोर के तो चलते हैं बाबे वाल, मेहते वाले वाल भी की कहता वह। ਸਾਡਾ ਜਾਣਾ ਮੋੜ ਆ ਗਿਆ ਕੰਮ 'ਤੇ, ਕਹਿੰਦਾ ਚਾਹ ਪੀਣੀ ਆ। ਮੈਂ ਕਿਹਾ ਚੱਲ ਤੈਨੂੰ ਪਹਿਲਾਂ ਚਾਹ ਹੀ ਪਿਆ ਦਿਆਂ। ਉਹ ਪਾਈ ਜਾਂਦਾ ਵਰਦੀ ਆਪਦੀ। ਸਾਡਾ ਜਾਣਾ ਮੋੜ ਵਿਜੇ ਭਾਟ ਗਿਆ, ਇਹ ਸੁਬਾ ਸੁਬਾ ਹੀ ਕਹਿੰਦਾ ਜੀ ਨਹੀਂ ਲੱਗਦਾ ਮੇਰਾ, ਤੇ ਸੁਬਾ ਸੁਬਾ ਹੀ ਆ ਜਾਂਦਾ ਟਾਈਮ ਨਾਲ ਹੀ, ਤੇ ਚਾਹ ਤਾਂ ਪੀਂਦਾ ਇਹ ਕੱਪ ਲੈਂਦੇ। ਤੇ ਬੰਦਾ ਸਰਾ ਹੈ, ਸਰਾ ਝੋਟਾ। ਬੱਚਿਆਂ ਦੀ ਆ ਗਈ ਆ ਵਹਿਣ, ਇਹ ਚੱਲਿਆ ਸਕੂਲ। ਦੇਖੋ ਕਿਵੇਂ ਰੈਡੀ, ਜਮਾਂ ਰੈਡੀ ਆ, ਤਿਆਰ ਆ। ਬਸ ਹੁਣ ਆਪਾਂ ਹੋ ਗਏ ਫਰੀ, ਅਤੇ ਆਪਾਂ ਚੱਲਦੇ ਹਾਂ ਉੱਧਰ ਨੂੰ, ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਚੱਲਦਾ ਗ੍ਰਾਮੋ ਫੋਨ 'ਤੇ ਫਿਰ ਗਾਣੇ। ਉਹ ਜੀ ਆਪਾਂ ਚੱਲੇ ਹਾਂ ਬਾਬੇ ਵੱਲ ਨੂੰ, ਗੱਡੀ ਕਰਤੀ ਅਗਰ ਸਿੱਧੀ। ਧੁੰਦ ਵੀ ਬਹੁਤ ਆ, ਅਤੇ ਬਸ ਜਾਂਦੇ ਆਪਾਂ ਛੇਤੀ ਛੇਤੀ ਮਿਲਦੇ ਹਾਂ ਬਾਬੇ ਕੋਲ। ਬਾਬਾ ਕਹਿੰਦੇ ਗਾਣੇ ਗੁਣੇ ਚਲਾਈ ਬੈਠਾ, ਮੈਨੂੰ ਹੁਣੇ ਫੋਨ ਆਇਆ ਸੀਗਾ ਉੱਥੋਂ ਗੁਰਪ੍ਰੀਤ ਦਾ, ਕਹਿੰਦਾ ਗਾਣੇ ਗੁਣੇ ਚੱਲੀ ਜਾਂਦੇ, ਕਹਿੰਦਾ ਸੈੱਟ ਆ ਕੰਮ। ਅਤੇ ਮੈਂ ਕਿਹਾ ਵੀ ਮੈਂ ਵੀ ਪਹੁੰਚਦਾ ਬਸ ਛੇਤੀ ਛੇਤੀ, ਮੈਂ ਚੱਲਿਆ। ਪਰ ਆ ਠੰਡ ਵੀ ਅੱਗੇ ਨਾਲੋਂ ਕਾਫੀ ਵੱਧ ਚੁੱਕੀ ਆ, ਅਤੇ ਬਸ ਪਹੁੰਚਣ ਵਾਲੀ ਆ। ਬਸ ਇੱਕ ਅੱਧੇ ਮਿੰਟ ਦਾ ਹੀ ਰਾਸਤਾ ਇਹ। ਦਰਵਾਜ਼ੇ ਦੇ ਅੰਦਰ ਤੇ ਗਾਣੇ ਗੁਣੇ ਚੱਲੀ ਜਾਂਦੇ ਆ ਬਾਹਰ ਪੂਰੇ ਜ਼ੋਰਾਂ 'ਤੇ। ਵਿਆਹ ਵਾਲੇ ਘਰ ਆਪਾਂ ਪਹੁੰਚ ਗਏ ਹਾਂ, ਅਤੇ ਸਪੀਕਰ ਚੱਲੀ ਜਾਂਦਾ ਵੇ, ਮਿਲਾਉਂਦੇ ਤੁਹਾਨੂੰ ਸਪੀਕਰ ਵਾਲੇ ਬਾਬੇ ਨਾਲ ਵੀ, ਅਤੇ ਬਾਬਾ ਹੈਗਾ ਅੰਦਰ। ਚੱਲਦੇ ਆਪਾਂ ਬਾਬੇ ਕੋਲ। ਜ਼ੋਰਾਂ 'ਤੇ ਆ, ਹਲਵਾਈਆਂ ਦਾ ਵੀ ਕੰਮ ਚੱਲੀ ਜਾਂਦਾ ਕਹਿੰਦਾ, ਅਤੇ ਬਾਬੇ ਨੇ ਸਪੀਕਰ ਲਾ ਰੱਖਿਆ ਘਰ ਦੇ ਉੱਤੇ, ਚੱਲੀ ਜਾਂਦਾ ਸਦੀਕ। ਪਹੁੰਚ ਗਏ ਹਾਂ ਬਾਬੇ ਕੋਲੇ, ਅਤੇ ਬਾਬਾ ਜੀ ਬਠਿੰਡੇ ਤੋਂ ਨੇ, ਅਤੇ ਪਿੰਡ ਹੈਗਾ ਇਹਨਾਂ ਦਾ ਮਹਿਤਾ, ਅਤੇ ਐਲ ਪੀ ਰਿਕਾਰਡ
ਇਹਨਾਂ ਨੂੰ ਸ਼ੌਂਕ ਹੀ ਆ। ਬਾਕੀ ਇਹ ਵਿਆਹ ਸ਼ਾਦੀਆਂ ਦੇ ਵਿੱਚ ਵੀ ਪੁਰਾਣਾ ਵਿਰਸਾ ਜਿਹੜਾ ਆਪਣਾ ਕਲਚਰ ਆ ਉਹ ਜਾ ਕੇ ਲਾਉਂਦੇ ਆ, ਦਿਖਾਉਂਦੇ ਆ, ਸਾਰਾ ਲਾਊਡ ਸਪੀਕਰ ਲਾਉਂਦੇ ਆ, ਕਾਫੀ ਸਮਾਨ ਇਹਨਾਂ ਕੋਲ। ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਹਾਲ ਆ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਤੇ ਬਾਬਾ ਜੀ ਆਪਣਾ ਫਿਰ ਕਿਹੜਾ ਪਿੰਡ ਆ ਜੀ? ਪਿੰਡ ਜੀ ਮੇਰਾ ਪਿੰਡ ਹੈਗਾ ਜੀ ਮਹਿਤਾ, ਜ਼ਿਲ੍ਹਾ ਹੈਗਾ ਬਠਿੰਡਾ, ਬਠਿੰਡੇ ਤੋਂ 14 ਕਿਲੋਮੀਟਰ ਮੇਰਾ ਪਿੰਡ ਪੈਂਦਾ ਜੀ ਇਹ। ਤੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਬਾਬਾ ਜੀ ਇਹ ਚੀਜ਼ ਨਾਲ ਜੁੜੇ ਹੋਏ? ਇਹ ਮੈਨੂੰ ਜੀ 40 ਸਾਲ ਹੋ ਗਏ, ਮਤਲਬ ਸ਼ੌਂਕ ਪਏ ਨੂੰ ਜੀ, ਵੀ ਮੇਰੇ ਕੋਲ ਇੰਨਾ ਪੁਰਾਣਾ ਸਮਾਨ ਸੱਭਿਆਚਾਰ ਪਿਆ, ਪੰਜਾਬ ਦੀ ਵਿਰਾਸਤ, ਜਿਵੇਂ ਕਿ ਪੁਰਾਣੇ ਰਿਕਾਰਡ ਮਸ਼ੀਨਾਂ, ਸਿੱਕੇ, ਨੋਟ, ਰੇਡੀਓ, ਤਵੇ ਵਾਲੇ ਮਸ਼ੀਨਾਂ, ਗੱਡੇ, ਪਿੱਤਲ ਦੇ ਬਰਤਨ, ਗ੍ਰੰਥ, ਕਿਤਾਬਾਂ, ਕੱਤਣੀਆਂ, ਬੋਟੇ, ਬੇਲਣੀਆਂ, ਮੱਖੀ ਟੋਪੀ ਦੀਆਂ ਫੋਟੋਆਂ, ਮੂਹੜੇ, ਗੱਤੇ ਦੇ ਘੜੇ, ਚਮੜੇ ਦੇ ਕੁੱਪੇ, ਦੋਨੇ ਟੋਕਣੀਆਂ, ਬਾਗ ਫੁਲਕਾਰੀਆਂ, ਪੁਰਾਣੇ ਰੇਡੀਓ ਵੀ ਮੇਰੇ ਕੋਲ ਜੀ, ਰਿਕਾਰਡ ਸੰਗੀਤ 1947 ਤੋਂ ਪਹਿਲਾਂ ਦਾ ਇੰਨਾ ਪਿਆ, ਬਹੁਤ ਜ਼ਿਆਦਾ ਪਿਆ, ਅਤੇ ਕੁਛ ਮੈਂ ਸੰਗੀਤ ਬਹੁਤ ਸਮਾਨ ਆਪਣੀ ਗਰੀਬੀ ਦੇ ਕਾਰਨ ਵੇਚ ਵੀ ਬੈਠਾ। ਤੁਹਾਨੂੰ ਵੀ ਜਿਹੜੇ ਰਿਕਾਰਡ ਗ੍ਰੰਥੋਫੋਨ ਆ, ਜਿੱਦਾਂ ਤਵੇ ਆਹ ਪੱਥਰ ਦੇ ਰਿਕਾਰਡ ਆ ਜਾਂ ਪਲਾਸਟਿਕ ਦੇ ਆ, ਇਦੂ ਬਿਨਾਂ ਕੋਈ ਹੋਰ ਵੀ ਪੁਰਾਣੇ ਸਮਾਨ ਦੇ ਤੁਸੀਂ ਸ਼ੌਕੀਨ ਹੋ? ਮੈਂ ਸ਼ੌਕੀਨ ਬਹੁਤ ਆ ਜੀ, ਮੈਂ ਲਾਊਡ ਸਪੀਕਰ ਵੀ ਵਿਆਹਾਂ ਦੇ ਵਿੱਚ ਲਾਉਣਾ ਜੀ, ਅਤੇ ਅੱਜ ਜਿਹੜੀ ਪੰਜਾਬ ਦੀ ਵਿਰਾਸਤ ਆਪਣੀ ਕੱਪੜਿਆਂ ਗੱਡੀ ਦੀ ਬਹੁਤ ਖਤਮ ਹੋ ਚੁੱਕੀ ਹੈ ਜੀ, ਪੁਰਾਣੇ ਘੱਗਰੇ ਬੜੇ ਬਣਾਉਣਾ ਜੀ ਮੈਂ, ਹਰੇਕ ਡਿਜ਼ਾਇਨ ਦਾ, ਕਲੀਆਂ ਵਾਲੇ ਕਮੀਜ਼, ਹਰੇਕ ਤਰ੍ਹਾਂ ਦੀਆਂ, ਅੱਗੇ ਮਿਲਟਰੀ ਦੀਆਂ ਵਰਦੀਆਂ, ਪੁਲਿਸ ਦੀਆਂ ਵਰਦੀਆਂ, ਜਾਂ ਲੇਡੀ ਸੂਟ, ਬੜੇ ਅਸੀਂ ਮੈਂ ਬਣਾਉਂਦਾ ਜੀ, ਆਪਦਾ ਗੁਜ਼ਾਰਾ, ਚੂਰ ਚਰਨ ਵੇਚਦਾ ਜੀ, ਜਿਵੇਂ ਢਿੱਡ ਦੁਖਦਾ, ਕਬਜ਼ੀ, ਗੈਸ, ਖਾਧਾ ਪੀਤਾ ਹਾਜ਼ਮ ਨਹੀਂ ਹੁੰਦਾ, ਅਫਰੇਮਾ, ਬੇਵਾਦੀ, ਬੇਹਾਜ਼ਮਾ, ਭੁੱਖ ਨਾ ਲੱਗਦੀ ਹੋਵੇ, ਜਿਸ ਦੇ ਲੀਵਰ 'ਚ ਨੁਕਸ ਹੋਵੇ ਜੀ, ਸਾਡੇ ਕੋਲ ਦੇਸੀ ਕਿੱਕਰ ਨਾਲ ਤੁੱਕਿਆਂ ਨਾਲ ਚਾਰ ਵੀ ਹੁੰਦਾ, ਬਹੁਤ ਵਧੀਆ ਚੀਜ਼ ਹੈ ਜੀ ਉਹ ਹਾਜ਼ਮੇ ਵਾਸਤੇ। ਇਹਦੇ ਨਾਲ ਜੀ ਅਸੀਂ ਬਾਬਾ ਸੀਪ ਦੀ ਦਵਾਈ ਫ੍ਰੀ ਵੀ ਦਿੰਦੇ ਹਾਂ ਵੀ, ਬਾਕੀ ਅਸੀਂ ਜੀ ਗੁਰਦੁਆਰੇ 'ਚ ਲੈ ਕੇ ਵੀ ਜਾਂਦੇ ਹਾਂ ਇਹ ਚੀਜ਼ਾਂ, ਅਤੇ ਬਹੁਤ ਲੋਕਾਂ ਨੂੰ ਅਸੀਂ ਦਵਾਈ ਬਾਬਾ ਸੀਪ ਦੀ ਫ੍ਰੀ ਦਿੰਦੇ ਹਾਂ ਜੀ। ਬਾਕੀ ਮੇਰਾ ਸ਼ੌਂਕ ਹੈ ਲਾਊਡ ਸਪੀਕਰ ਲਾਉਣਾ ਜੀ ਵਿਆਹਾਂ ਦੇ ਵਿੱਚ, ਤੇ ਮੰਜੇ ਜੋੜ ਕੇ ਉਵੇਂ ਦੋ ਸਪੀਕਰ ਹੈ ਉਵੇਂ। ਬਜ਼ੁਰਗੋ ਫਿਰ ਤੁਸੀਂ ਕਿੰਨੇ ਸਾਲ ਦੀ ਉਮਰ ਸੀਗੀ ਵੀ ਜਦੋਂ ਤੁਹਾਨੂੰ ਸ਼ੌਂਕ ਪੈ ਗਿਆ ਵੀ ਇਹ ਕੰਮ ਦਾ? ਮੈਂ 12-13 ਸਾਲ ਦਾ ਸੀਗਾ ਜੀ, ਜਦੋਂ ਪੰਜਾਬ ਰੇਡੀਓ ਦੇ ਪ੍ਰੋਗਰਾਮ ਆਉਂਦੇ ਹੁੰਦੇ ਸੀ ਨਾ, ਉਸ ਸਮੇਂ ਦੇ ਪ੍ਰੋਗਰਾਮ ਵੀ ਮੇਰੇ ਬਹੁਤ ਰਿਕਾਰਡ ਕਰੇ ਪਏ ਆ ਜੀ, ਰੇਡੀਓ ਰਾਵੀ, ਪਾਕਿਸਤਾਨ ਰੇਡੀਓ ਦੇ ਰਾਵੀ ਰੰਗ ਪ੍ਰੋਗਰਾਮ ਆਉਂਦਾ ਹੁੰਦਾ ਸੀ, ਮਿਸਟਰ ਜੇ ਡੀ ਕੇ ਮਹਿਮਾਨ, ਅਤੇ ਪੰਜਾਬੀ ਦਰਬਾਰ, ਅਤੇ ਉਸ ਸਮੇਂ ਰੌਣਕੀ ਰਾਮ, ਠੰਡੂ ਰਾਮ ਜੀ, ਭਾਈਆ ਜੀ, ਜਦੋਂ ਖੇਤੀਬਾੜੀ ਅਫਸਰ, ਉਹ ਦਿਨੇ ਪ੍ਰੋਗਰਾਮ ਦਿਨੇ 2:30 ਵਜੇ, ਤਾਂ ਬੜੇ ਉਹਨਾਂ ਦੇ ਕੋਲ ਉਹ ਖੁਸ਼ਤਬੀਤ ਬੰਦੇ ਹੁੰਦੇ ਸੀ, ਬਹੁਤ ਵਧੀਆ ਬੰਦੇ ਹੁੰਦੇ ਸੀ, ਉਹਨਾਂ ਦੀ ਗੱਲਾਂ ਇਹੋ ਜਿਹੀਆਂ ਵਧੀਆ ਹੁੰਦੀਆਂ ਸੀ ਨਾ ਵੀ ਲੋਕਾਂ ਨੂੰ ਮੋਹ ਲੈਂਦੀਆਂ, ਕਈ ਵਾਰੀ ਉਹ ਮਖੌਲ ਕਰਦੇ ਇੱਕ ਦੂਜੇ ਨੂੰ, ਉਹ ਕਿਵੇਂ ਭਾਈ ਭਾਈਆ ਜੀ ਆ ਜਾਓ, ਨੰਗੇ ਹੋ ਜਾਓ ਅੰਦਰ, ਰੌਣਕੀ ਰਾਮ ਜੀ ਆ ਜਾਓ, ਕੀ ਗੱਲ ਆਹ ਲੰਘ ਜਾ ਕਿਵੇਂ ਮਾਰ ਜਾਂਦੇ ਆ, ਉਹ ਭਾਈ ਭਰਜਾਈ ਨੇ ਘੋਟਾ ਘਾਟਾ ਤਾਂ ਨੀ ਮਾਰਿਆ ਕਿਤੇ, ਆਹ ਦੇਖੀ ਭਰਾਵਾ ਆਪਣੀ ਕੁੱਤੀ ਨੂੰ ਫੜ ਕੇ ਰੱਖੀ, ਕੁੱਤੀ ਤੁਹਾਡੀ ਬਹੁਤ ਭੈੜੀ ਆ ਇਹ, ਕੁੱਤਾ ਕੁੱਤੇ ਬੜੇ ਰੱਖਦੇ ਮਗਰ ਪੈ ਜਾਂਦੇ ਜੀ ਤੁਹਾਡੇ ਕੁੱਤੇ, ਕੋਈ ਕੁੱਤੇ ਨੀ ਹੁੰਦੇ ਜੀ, ਸ਼ੌਂਕ ਜੀ ਗੱਲਾਂ ਗੱਲਾਂ ਰਾਹੀਂ ਮਤਲਬ ਜੀ ਉਹ ਖੁਸ਼ ਕਰਦੇ ਜੀ, ਅਤੇ ਜਦੋਂ ਖੇਤੀਬਾੜੀ ਦੀਆਂ ਗੱਲਾਂ ਕਰਦੇ, ਠੰਡੂ ਰਾਮ ਜੀ ਵਰਗੇ, ਰੌਣਕੀ ਰਾਮ ਭਾਈਆ ਜੀ, ਅਤੇ ਉਸ ਸਮੇਂ ਜਸਪਾਲ ਭੱਟੀ, ਹਰਬੰਸ ਸਿੰਘ ਖਰਾਣਾ, ਇੱਕ ਨਾਲ ਉਹਨਾਂ ਦੇ ਕੁੜੀ ਵੀ ਹੁੰਦੀ ਸੀ ਉਮਰ ਦੀ ਥੋੜ੍ਹੀ ਵੱਡੀ ਸੀ, ਉਹ ਵੀ ਬੜੀ ਮਤਲਬ ਇਹਨਾਂ ਨਾਲ ਨਾਟਕਾਂ ਦੇ ਵਿੱਚ ਆਉਂਦੀ ਹੁੰਦੀ ਸੀ ਜੀ, ਉਹਦਾ ਨਾਂ ਨਹੀਂ ਮੈਂ ਜਾਣਦਾ, ਅਤੇ ਵੀ ਉਸ ਸਮੇਂ ਵੀ ਜਿਵੇਂ ਮੇਰੇ ਕੋਲ ਪ੍ਰੋਗਰਾਮ ਹਰੇਕ ਤਰ੍ਹਾਂ ਦੇ ਪ੍ਰੋਗਰਾਮ ਰਿਕਾਰਡ ਕਰੇ ਪਿਆ ਰੇਡੀਓ 'ਤੇ, ਥੋੜ੍ਹੀ ਥੋੜ੍ਹੀਆਂ ਆਵਾਜ਼ਾਂ, ਸਾਰੇ ਗਾਣਿਆਂ ਦੇ ਗੀਤ ਸੰਗੀਤ, ਪਾਕਿਸਤਾਨ ਦੇ ਪ੍ਰੋਗਰਾਮ, ਰਾਵੀ ਰੰਗ, ਪੰਜਾਬੀ ਦਰਬਾਰ, ਵੀ ਮੇਰੇ ਕੋਲ ਸੰਗੀਤ ਇੰਨਾ ਸਾਂਭਿਆ ਪਿਆ ਵੀ ਮੈਂ ਤੁਹਾਨੂੰ ਦੱਸ ਹੀ ਨਾ ਸਕਦਾ, ਅਤੇ ਸੱਭਿਆਚਾਰ ਦਾ ਸਮਾਨ। ਬਾਬਾ ਜੀ ਜੇ ਮਤਲਬ ਤੁਹਾਨੂੰ ਕਹਿੰਦੇ ਪ੍ਰੋਗਰਾਮ ਕਰਾਉਣਾ ਵੀ ਤੁਹਾਡਾ ਕੋਈ ਐਡਰੈਸ ਆ, ਉਹਦਾ ਕੋਈ ਫੋਨ ਨੰਬਰ ਹੈਗਾ? ਬਸ ਐਡਰੈਸ ਤਾਂ ਜੀ ਮੈਂ ਕਾਰਡ ਤਾਂ ਛਪਾਏ ਜੀ, ਪਿੰਡ ਮੇਰਾ ਮਹਿਤਾ, ਜ਼ਿਲ੍ਹਾ ਮੇਰਾ ਬਠਿੰਡਾ, ਬਠਿੰਡੇ ਤੋਂ 14 ਕਿਲੋਮੀਟਰ ਮੇਰਾ ਪਿੰਡ ਪੈਂਦਾ, ਅਤੇ ਪੰਜਾਬ 'ਚ ਆਪਾਂ ਰਹਿੰਦੇ ਹਾਂ ਜੀ, ਅਤੇ ਵੀ ਮੇਰਾ ਸ਼ੌਂਕ ਬਹੁਤ ਆ ਜੀ, ਮੈਨੂੰ ਇਹਨਾਂ ਚੀਜ਼ਾਂ ਨੂੰ ਸਾਂਭਦਾ ਵੀ ਮੇਰੇ ਕੋਲ ਹਰੇਕ ਤਰ੍ਹਾਂ ਦਾ ਸਮਾਨ ਆ ਜੀ, ਅਤੇ ਸ਼ੌਂਕ ਵੀ ਸੰਗੀਤ ਪੁਰਾਣਾ 1947 ਦਾ ਬਹੁਤ ਸੰਗੀਤ ਪਿਆ ਜੀ। ਅੱਜ ਮੇਰੇ ਨਾਲ ਜੀ ਇੱਕ ਸਾਡੇ ਦੋਸਤ ਨੇ ਜੀ, ਸੁਖਦੇਵ ਸਿੰਘ ਮੋਠਾਂ ਵਾਲੀ, ਹਾਂਜੀ, ਅਤੇ ਉਹਨਾਂ ਨੇ ਬੜਾ ਸੰਗੀਤ ਸਾਂਭਿਆ, ਅਤੇ ਮੇਰੇ ਕੋਲ ਗਵਈਏ ਆਉਂਦੇ ਸੀ, ਸੁਦਾਗਰ ਸਿੰਘ ਗਾਲ ਕਰਾਂ ਕਲਾਂ, ਅਤੇ ਦਲੀਪ ਸਿੰਘ ਜੇਠੂਕੇ, ਬੰਤ ਸਿੰਘ ਮਦੀਰ, ਅਤੇ ਹੋਰ ਵੀ ਦੂਜਾ ਆਪਣੇ ਮੋਦਨ ਸਿੰਘ ਮਹਾਰਾਜ ਵਾਲੇ, ਬਲੌਰਾ ਸਿੰਘ, ਵੀ ਪੁਰਾਣੇ ਗਵਈਏ ਢਾਡੀ ਦਦਾਰ ਸਿੰਘ,
ਮਤਲਬ ਇਹ ਗਵਈਆਂ ਦੇ ਮੇਰੇ ਕੋਲੇ ਜੀ ਪਹਿਲਾਂ ਬੜੇ ਗਵਈਏ ਆਉਂਦੇ ਹੁੰਦੇ ਸੀ ਮੇਰੇ ਘਰੇ ਵੀ ਰਹਿ ਪੈਂਦੇ ਜੀ ਆ ਕੇ ਇਹਨਾਂ ਕੋਲੇ ਵੀ ਸੁਖਦੇਵ ਸਿੰਘ ਕੋਲੇ ਸਰਦਾਰ ਜਿਹੜਾ ਮੋਗਾ ਪਿੰਡ ਮੋਠਾਂ ਵਾਲੀ ਉਹਨਾਂ ਕੋਲੇ ਵੀ ਜਾਂਦੇ ਸੀ ਤੇ ਉਹੀ ਬੰਦੇ ਗਵਈਏ ਪੁਰਾਣੇ ਮੇਰੇ ਕੋਲੇ ਵੀ ਜਾਂਦੇ ਸੀ ਮੇਰੇ ਕੋਲੇ ਜੀ ਹਰੇਕ ਕਲਾਕਾਰ ਪੰਜਾਬੀ ਜਿਹੜੇ ਅੱਜ ਕੱਲ੍ਹ ਕਲਾਕਾਰ ਜਿਵੇਂ ਸਦੀਕ ਲਾ ਲਓ ਮਾਨਕ ਲਾ ਲਓ ਤੇ ਕੁਲਦੀਪ ਮਾਰਤੀ ਜੀ ਅੱਜ ਕੱਲ੍ਹ ਦੁਨੀਆ ਛੱਡ ਕੇ ਚੜੇ ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਕਾਇਮ ਨੇ ਤੇ ਉਹਨਾਂ ਸੰਗੀਤ ਬੜਾ ਲੋਕ ਪਸੰਦ ਕਰਦੇ ਆ ਮਾਨਕ ਸਾਹਿਬ ਨੇ ਵੀ ਇੰਨਾ ਸੰਗੀਤ ਗਾਇਆ ਤੇ ਸਦੀਕ ਸਾਹਿਬ ਨੇ ਜਾਂ ਰਣਜੀਤ ਕੌਰ ਜੀ ਨੇ ਗੁਰਮੀਤ ਬਾਬਾ ਕਰਨੈਲ ਗਿੱਲ ਨਰਿੰਦਰ ਬੀਬਾ ਚਾਂਦੀ ਰਾਮ ਗਰੇਵਾਲ ਨੈਬ ਪੋਟੀਆ 1947 ਤੋਂ ਪਹਿਲਾਂ ਆਪਣੇ ਪਾਕਿਸਤਾਨ ਚਲੇ ਗਏ ਇਹ ਬਾਬੂ ਰਾਜਬਲੀ ਦੀ ਕਮਿਸ਼ਨਰੀ ਮੇਰੇ ਬਹੁਤ ਪੁਰਾਣੀ ਕਮਿਸ਼ਨੀਆਂ ਪਈਆਂ ਜੀ ਮੇਰੇ ਕੋਲੇ ਵੀ ਮੇਰੇ ਕੋਲੇ ਉਰਦੂ ਅੰਗਰੇਜ਼ੀ ਇੰਗਲਿਸ਼ ਬੰਗਾਲੀ ਅਰਬੀ ਰਾਜਸਥਾਨੀ ਮਰਾਠੀ ਭੋਜਪੁਰੀ ਦੇ ਰਿਕਾਰਡ ਵੀ ਪਏ ਨੇ ਸੰਗੀਤ ਇੰਨਾ ਪਿਆ ਵੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਜੀ ਬਾਕੀ ਜਿਹੜੇ ਮੇਰੇ ਸ਼ੌਕ ਨੇ ਇਹ ਜੀ ਮੇਰਾ ਫੋਨ ਨੰਬਰ ਹੈ 70875 78046 ਦੋਸਤੋ ਫੋਨ ਨੰਬਰ ਫਿਰ ਤੁਸੀਂ ਨੋਟ ਕਰ ਲਓ 70875 78046 70875 78046 ਬਾਕੀ ਤੁਸੀਂ ਜੇ ਕਿਤੇ ਵਿਆਹਾਂ ਸ਼ਾਦੀਆਂ ਵਿੱਚ ਘੱਗਰੇ ਪਾਏ ਜਾਂਦੇ ਨੇ ਘੱਗਰੇ ਮੈਂ ਬੜੇ ਡਿਜ਼ਾਇਨਾਂ ਦੇ ਬਣਾਉਣਾ ਕਲੀਆਂ ਵਾਲੇ ਕਮੀਜ਼ ਬੜੇ ਬਣਾਉਣਾ ਜੀ ਮੈਂ ਇਹ ਚੀਜ਼ਾਂ ਆਪਣੇ ਬੱਚਿਆਂ ਵਾਸਤੇ ਬਣਾ ਕੇ ਦਿੰਦਾ ਜੀ ਵਿਆਹਾਂ ਦੇ ਵਿੱਚ ਕੁੜੀਆਂ ਨੂੰ ਕਨੇਡਾ ਅਮਰੀਕਾ ਇੰਗਲੈਂਡ ਵਿੱਚ ਵੀ ਬਣਾ ਕੇ ਭੇਜਦਾ ਜੀ ਬਹੁਤ ਲੋਕ ਬਣਾਉਂਦੇ ਜੀ ਮੈਥੋਂ ਵਿਆਹਾਂ ਸ਼ਾਦੀਆਂ ਦੇ ਵਿੱਚ ਜੀ ਤੇ ਇਹ ਸਮਾਨ ਵੀ ਮੈਨੂੰ ਬਹੁਤ ਪੁਰਾਣਾ ਮੇਰਾ ਰੌਣਕ ਪੰਜਾਬ ਦੀ ਕਨੇਡਾ ਦੇ ਚੈਨਲ ਤੇ ਵੀ ਹੁਣ ਪ੍ਰੋਗਰਾਮ ਆਇਆ ਦੇਖਿਆ ਹੋਊਗਾ ਤੁਸੀਂ ਜੀ ਉਹਦੇ ਉਹ ਕੁੜੀ ਨੇ ਸ਼ਾਇਦ ਜਸਵਿੰਦਰ ਤੇ ਰਵਿੰਦਰ ਇਹ ਨਾਂ ਸੀ ਕੁੜੀ ਦਾ ਬਹੁਤ ਸੋਹਣਾ ਪ੍ਰੋਗਰਾਮ ਲਗਾਈ ਹੈ ਕਰਕੇ ਜੀ ਦੂਰਦਰਸ਼ਨ ਤੇ ਵੀ ਦੇਖਿਆ ਹੋਣਾ ਤੁਸੀਂ ਡੀਡੀ ਪੰਜਾਬੀ ਤੇ ਵੀ ਵੇਖਿਆ ਜੀ ਹਰੇਕ ਚੈਨਲ ਤੇ ਮੇਰਾ ਪ੍ਰੋਗਰਾਮ ਆਉਂਦਾ ਜੀ ਤੇ ਮੈਂ ਮੇਰੀ ਪੜ੍ਹਾਈ ਬਹੁਤ ਘੱਟ ਕਰੀ ਵੀ ਆ ਪਰ ਲੋਕ ਜੀ ਜਿਵੇਂ ਬਾਈ ਜੀ ਸਰਦਾਰ ਸੁਖਦੇਵ ਸਿੰਘ ਦੇ ਕਾਕਾ ਜੀ ਉਹਨਾਂ ਦੇ ਤੇ ਇਹਨੇ ਅੱਜ ਪ੍ਰੋਗਰਾਮ ਮੇਰਾ ਰਿਕਾਰਡ ਕਰਿਆ ਜੀ ਇਹਨਾਂ ਦਾ ਮਾੜਾ ਬੜਾ ਪ੍ਰੇਮ ਸੀ ਪਹਿਲਾਂ ਤੋਂ ਹੀ ਪੁਰਾਣਾ ਮੇਰਾ ਉਹ ਰਾਤ ਸਾਡੀ ਜਦੋਂ ਬੜਾ ਹਾਂਜੀ ਵਲੌਗ ਹੋ ਗਿਆ ਆਪਣਾ ਡਨ ਤੇ ਅੱਜ ਬਾਬੇ ਨੇ ਕੀਤੀਆਂ ਬਹੁਤ ਸਾਰੀਆਂ ਗੱਲਾਂ ਪੁਰਾਣੇ ਗਾਣਿਆਂ ਬਾਰੇ ਪੁਰਾਣੇ ਸਮਾਨ ਬਾਰੇ ਚਾਂਦੀ ਦੇ ਜਿਹੜੇ ਸਿੱਕੇ ਹੁੰਦੇ ਸੀ ਪਹਿਲਾਂ ਜਿਨ੍ਹਾਂ ਨੂੰ ਆਪਾਂ ਰੁਪਈਏ ਕਹਿ ਦਿੰਦੇ ਹਾਂ ਅੱਜ ਕੱਲ੍ਹ ਅਤੇ ਉਹਨਾਂ ਬਾਰੇ ਹੋਰ ਬਾਬੇ ਨਾਲ ਬਹੁਤ ਗੱਲਾਂ ਹੋਈਆਂ ਅਤੇ ਬਹੁਤ ਚੰਗਾ ਲੱਗਿਆ ਬਾਬੇ ਨੂੰ ਮਿਲ ਕੇ ਅਤੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਦੋਸਤੋ ਤਾਂ ਪਲੀਜ਼ ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ ਅਤੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਛੇਤੀ ਛੇਤੀ ਅਤੇ ਨਾਲ ਬੈੱਲ ਆਈਕੋਨ ਵਾਲਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਛੇਤੀ ਛੇਤੀ ਪਹੁੰਚ ਸਕੇ ਅਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ।